The Sikh Youth Sports Foundation proudly presents the Yorkshire Sikh Mela 2015. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਪਤਾ ਹੀ ਹੈ ਕਿ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਦੇ ਵਾਸਤੇ ਜਿੱਥੇ ਸਾਡੀਆਂ ਸੰਸਥਾਵਾਂ ਸਿੱਖੀ ਦੇ ਪ੍ਰਚਾਰ ਕਰਨ ਦੇ ਵਿੱਚ ਬੜੀਆਂ ਹੀ ਤਤਪਰ ਨੇ, ਉੱਥੇ ਇਹ ਵੀ ਕੋਸ਼ਿਸ਼ ਰਹਿੰਦੀ ਹੈ ਸਾਡੀਆਂ ਸੰਸਥਾਵਾਂ ਦੀ, ਸਾਡੇ ਬਜ਼ੁਰਗਾਂ ਦੀ, ਸਾਡੇ ਸਾਰੇ ਪਤਵੰਤੇ ਵੀਰ ਭੈਣਾਂ ਦੀ, ਕਿ ਸਾਡੇ ਜੋ ਆਉਣ ਵਾਲੀਆਂ ਜੋ ਸਾਡੀਆਂ ਪੀੜ੍ਹੀਆਂ ਨੇ ਉਹ ਵੀ ਸਾਡੀ ਸਿੱਖੀ ਵਿਰਸੇ ਦੇ ਨਾਲ ਜੁੜੀਆਂ ਰਹਿਣ। ਅਤੇ ਇਸੇ ਹੀ ਮਕਸਦ ਨੂੰ ਮੁੱਖ ਰੱਖਦਿਆਂ ਜੋ ਅੱਜ ਯੋਰਕਸ਼ਾਇਰ ਦੇ ਵਿੱਚ ਹਡਸਫੀਲਡ ਦੇ ਵਿੱਚ ਜੋ ਇਹ ਮੇਲਾ ਕਰਵਾਇਆ ਜਾ ਰਿਹਾ, ਤਾਂ ਕਿ ਸਾਡੇ ਜੋ ਯੂਥ ਹੈ, ਸਾਡੇ ਜੋ ਆਉਣ ਵਾਲੀਆਂ ਜੋ ਪਨੀਰੀਆਂ ਨੇ ਉਹ ਸਾਡੀ ਸਿੱਖੀ ਦੇ ਨਾਲ ਜੁੜੀਆਂ ਰਹਿਣ। ਆਓ ਇਸ ਦੇ ਬਾਰੇ ਦੇ ਵਿੱਚ ਆਪਾਂ ਜਾਣਕਾਰੀ ਪ੍ਰਾਪਤ ਕਰਦੇ ਹਾਂ। ਸਾਰੇ ਫਤਿਹ ਬੁਲਾਉਂਦੇ ਹਾਂ, ਸਾਡੇ ਜੋ ਮੇਰੇ ਨਾਲ ਜੋ ਸਾਡੇ ਪ੍ਰਵੰਤ ਸੰਜਰ ਨੇ, ਜੋ ਆਰਗੇਨਾਈਜ਼ਰ ਨੇ, ਉਹਨਾਂ ਦੇ ਨਾਲ ਫਤਿਹ ਦੇ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਤੁਸੀਂ ਆਪਣਾ ਨਾਂ ਅਤੇ ਦੱਸੋਗੇ ਆਪਣਾ ਤੁਸੀਂ ਕਿਹੜੀ ਸੰਸਥਾ ਦੇ ਨਾਲ ਸੰਬੰਧਿਤ ਹੋ? ਮੇਰਾ ਨਾਂ ਜੀ ਕੁਲਵਿੰਦਰ ਸਿੰਘ ਭੁੱਲਰ ਆ ਜੀ। ਅਸੀਂ ਯੋਰਕਸ਼ਾਇਰ ਸਿੱਖ ਮੇਲੇ ਦੇ ਸਾਰੇ ਸੇਵਾਦਾਰ ਆ, ਜਿੰਨੇ ਵੀ ਇੱਥੇ ਅਸੀਂ ਖੜ੍ਹੇ ਹਾਂ। ਤਾਂ ਜਿਹੜਾ ਸਾਡਾ ਮੇਨ ਮਕਸਦ ਆ, ਜਿੱਦਾਂ ਭਾਅ ਜੀ ਉਹਨਾਂ ਨੇ ਦੱਸਿਆ ਹੀ ਆ, ਇਹ ਸਿੱਖੀ ਅਸੀਂ ਲੈ ਕੇ ਜਾਣਾ ਚਾਹੁੰਦੇ ਹਾਂ ਹਰ ਪਾਸੇ ਦੁਨੀਆ ਦੇ ਵਿੱਚ, ਉਹਨਾਂ ਵੀਰਾਂ ਵਾਸਤੇ ਆ ਮੇਨਲੀ ਜਿਹੜੇ ਗੁਰੂ ਘਰ ਤੋਂ ਕਈ ਦੂਰ ਹੋਏ ਆ, ਉਹਨਾਂ ਨੂੰ ਕਿਸ ਤਰੀਕੇ ਨਾਲ ਅਸੀਂ ਸਿੱਖੀ ਦੇ ਵਿੱਚ ਉਹਨਾਂ ਨੂੰ ਲਿਆਈ ਗਏ, ਤਾਂ ਸਿੱਖੀ ਦਾ ਅਸੀਂ ਪ੍ਰਚਾਰ ਦੁਨੀਆ ਦੇ ਵਿੱਚ ਉਹਨਾਂ ਨੂੰ ਫੈਲਾਈ ਗਏ। ਤਾਂ ਉਸ ਕਰਕੇ ਜਿਹੜੇ ਅੱਜ ਇੱਥੇ ਪ੍ਰੋਗਰਾਮ ਆ ਉਹ ਤੁਹਾਡੇ ਸਾਹਮਣੇ ਹੀ ਆ। ਇੱਥੇ ਅੱਜ ਜਿਹੜਾ ਧਾਰਮਿਕ ਸਾਰਾ ਪ੍ਰੋਗਰਾਮ ਹੋਊਗਾ, ਉਹਦੇ ਵਿੱਚ ਗੱਤਕਾ ਵੀ ਆਊਗਾ, ਤਾਂ ਜਿਹੜੇ ਆਪਣੇ ਹੈਗੇ ਆ ਮੂਠਾਈ ਆਪਣੇ ਬੋਕਸਿੰਗ ਵਾਲੇ ਜਿਹੜੇ ਵੀਰ ਆ ਉਹ ਵੀ ਆਏ ਆ, ਬ੍ਰਿਟਿਸ਼ ਆਰਮੀ ਆ ਤਾਂ ਵੈਟਰਨਸ ਆ, ਉਹਨਾਂ ਦਾ ਮਕਸਦ ਆ ਜਾਣ ਦਾ ਇਹ ਆ ਕਿ ਜਿੰਨੇ ਵੀ ਆਰਮੀ ਵਾਲੇ ਆਏ ਆ, ਅਸੀਂ ਅੱਜ ਇੱਥੇ ਤੁਹਾਨੂੰ ਉਹ ਪੇਸ਼ ਕਰਾਂਗੇ ਜਿਹੜਾ ਇੱਥੇ ਦਾ ਹਡਸਫੀਲ ਦੇ ਵਿੱਚ ਜਿਹੜਾ ਅਸੀਂ ਸਿੱਖ ਮੈਮੋਰੀਅਲ ਇੱਕ ਬਣਾ ਰਹੇ ਆ ਸਟੈਚੂ, ਉਹਦਾ ਦੀ ਇੱਕ ਕਿਸਮ ਦਾ ਉੱਥੇ ਅੱਜ ਉਦਘਾਟਨ ਕਰਨਾ ਹੈ। ਤਾਂ ਸੰਗਤ ਨੂੰ ਇਹ ਦੱਸਣਾ ਹੈ ਕੀ ਉੱਥੇ ਬਣ ਰਿਹਾ, ਤਾਂ ਕੀ ਅਸੀਂ ਦੁਨੀਆ ਦੇ ਵਿੱਚ ਇੱਥੇ ਇੱਕ ਨਿਸ਼ਾਨੀ ਛੱਡ ਕੇ ਸਾਰਿਆਂ ਜਾਣੀ ਆ, ਜਿਹਦੇ ਵਿੱਚ ਸਾਰੇ ਜਿੰਨੇ ਵੀ ਆਪਣੇ ਸਿੱਖ ਭਰਾ ਦੁਨੀਆ ਦੇ ਵਿੱਚ ਫਿਰਦੇ ਹੈਗੇ ਆ, ਉਹ ਜ਼ਰੂਰ ਇਹਦੇ ਵਿੱਚ ਹਿੱਸਾ ਪਾਉਣ। ਉਹਦਾ ਸਟੈਚੂ ਇੱਥੇ ਇਸੇ ਸ਼ਹਿਰ ਦੇ ਵਿੱਚ ਲੱਗੂਗਾ ਕਿ ਜਿਹੜਾ ਸਾਰੀ ਦੁਨੀਆ ਦੇਖੂਗੀ ਕਿ ਹਰ ਸਾਲ ਦੀ ਤਰ੍ਹਾਂ ਕਿ ਉਹ ਪ੍ਰਣਾਮ ਕਰੂਗੇ ਕਿ ਆਪਣੇ ਸ਼ਹੀਦ ਜਿੰਨੇ ਵੀ ਹੋਏ ਆ ਸੋਲਜਰ ਇਸ ਮੁਲਕ ਦੀ ਆਜ਼ਾਦੀ ਵਾਸਤੇ ਤਾਂ ਦੁਨੀਆ ਦੀ ਆਜ਼ਾਦੀ ਵਾਸਤੇ ਕਿੰਨੇ ਅਸੀਂ ਸ਼ਹੀਦੀਆਂ ਪ੍ਰਾਪਤ ਕੀਤੀਆਂ, ਉਹਨਾਂ ਦੇ ਵਾਸਤੇ ਅਸੀਂ ਇਹ ਸ਼ਹੀਦੀ ਦਾ ਜਿਹੜਾ ਸਟੈਚੂ ਆ ਉਹਨਾਂ ਦੇ ਨੁਮਾਇੰਦੇ ਕਰਕੇ ਉਹਨਾਂ ਵਾਸਤੇ ਅਸੀਂ ਇਹ ਲਾ ਰਹੇ ਹਾਂ ਜੀ। ਬਹੁਤ 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 ਹੀ ਚੰਗਾ ਉੱਦਮ ਹੈਗਾ ਕਿ ਜਿਹੜੇ ਵੀ ਸਾਡੇ ਸਿੱਖ ਕੌਮ ਦੇ ਜੋ ਸ਼ਹੀਦ ਹੋਏ ਨੇ ਉਹਨਾਂ ਦੀ ਜੋ ਹੈ ਯਾਦ ਜੋ ਹੈ ਹਮੇਸ਼ਾ ਜੋ ਸਾਡੇ ਆਉਣ ਵਾਲੇ ਪੀੜ੍ਹੀਆਂ ਦੇ ਵਿੱਚ ਦੇ ਮਨਾਂ ਦੇ ਵਿੱਚ ਵੀ ਤਾਜ਼ਾ ਰਹੇ। ਸੋ ਬਹੁਤ ਹੀ ਚੰਗਾ ਉੱਦਮ ਹੈ। ਆਪ ਜੀ ਇਹ ਅੱਜ ਦੇ ਮੇਲੇ ਦੇ ਬਾਰੇ ਦੇ ਵਿੱਚ ਹੋਰ ਜਾਣਕਾਰੀ ਦਿਓਗੇ ਕਿ ਕਿੰਨੀ ਕੁ ਦੇਰ ਤੋਂ ਤੁਸੀਂ ਕਦੋਂ ਤੋਂ ਸ਼ੁਰੂ ਕੀਤਾ ਹੈ ਮੇਲਾ ਇਹ, ਅਤੇ ਕਿੰਨੀ ਕੁ ਦੇਰ ਤੁਹਾਨੂੰ ਹੋ ਗਈ ਹੈ ਇਹ ਮੇਲਾ ਜੋ ਮਨਾਉਂਦਿਆਂ? ਅੱਜ ਜਿਹੜਾ ਯੋਰਕਸ਼ਾਇਰ ਸਿੱਖ ਮੇਲਾ ਹੈ ਇਹਨੂੰ ਅੱਜ 5ਵਾਂ ਸਾਲ ਹੋ ਗਿਆ। ਹਰ ਸਾਲ ਦੀ ਤਰ੍ਹਾਂ ਸੰਗਤ ਸਾਡਾ ਬਹੁਤ ਸਾਥ ਦਿੰਦੀ ਆ ਇਸ ਮੇਲੇ ਦੇ ਵਿੱਚ। ਸਭ ਤੋਂ ਵੱਧ ਜਿਹੜਾ ਸਾਡਾ ਜਿਹੜਾ ਸਾਥ ਜਿਹੜੇ ਦਿੰਦੇ ਆ ਲੀਡਸ ਗੁਰੂ ਘਰ, ਜਿਹੜਾ ਚਾਪਲ ਟਾਊਨ ਗੁਰਦੁਆਰਾ ਆ, ਬ੍ਰੈਡਫੋਰਡ ਦੇ ਗੁਰੂ ਘਰ ਆ, ਡੋਂਗਕਾਸਟਰ ਦੇ ਗੁਰੂ ਘਰ ਆ, ਸ਼ੈਫੀਲਡ ਦੇ ਆ, ਹਡਸਫੀਲਡ ਦੇ ਆ, ਬ੍ਰੈਡਫੋਰਡ ਦੇ ਆ, ਤਾਂ ਮੈਨਚੈਸਟਰ ਦੇ ਆ, ਕਿਉਂਕਿ ਇਹ ਹੈਗਾ ਯੋਰਕਸ਼ਾਇਰ ਸਿੱਖ ਮੇਲਾ, ਇਹ ਸਾਰਿਆਂ ਦਾ ਸਾਂਝਾ ਮੇਲਾ ਆ। ਤਾਂ ਸਾਰਿਆਂ ਨੂੰ ਇਹਦੇ ਵਿੱਚ ਖੁੱਲ੍ਹਾ ਸੱਦਾ ਹੁੰਦਾ, ਇਹਦੇ ਵਿੱਚ ਕੋਈ ਪ੍ਰਧਾਨਗੀ ਦਾ ਕੋਈ ਕੰਮ ਨਹੀਂ ਹੈਗਾ, ਇਹਦੇ ਵਿੱਚ ਜਿੰਨਾ ਵੀ ਕੋਈ ਵੀ ਮਾਇਆ ਅੱਜ ਜਿੰਨੀ ਵੀ ਇਕੱਠੀ ਹੋਣੀ ਆ, ਜਿੰਨੀ ਵੀ ਬਚੂਗੀ, ਉਹ ਸਾਰੇ ਜਿਹੜਾ ਅਸੀਂ ਸਟੈਚੂ ਬਣਾ ਰਹੇ ਹਾਂ ਆਪਣੇ ਸਿੱਖ ਫੌਜੀ ਦਾ, ਉਹਦੇ ਵਾਸਤੇ ਉਹ ਮਾਇਆ ਜਾਣੀ ਆ। ਤੁਸੀਂ ਕੁਛ ਕਹਿਣਾ ਚਾਹੋਗੇ ਅੱਜ ਦੇ ਇਸ ਮੇਲੇ ਦੇ ਬਾਰੇ ਵਿੱਚ? ਕੀ ਤੁਸੀਂ ਸਮਝਦੇ ਹੋ ਕਿ ਕਿੰਨਾ ਕੁ ਜ਼ਰੂਰੀ ਹੈਗਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇਹ ਮੇਲੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬਹੁਤ ਜ਼ਰੂਰੀ ਆ, ਕਿਉਂਕਿ ਮੁੰਡਿਆਂ ਨੇ, ਯੰਗ ਮੁੰਡਿਆਂ ਨੇ ਬਹੁਤ ਕਦਮ ਚੁੱਕਿਆ ਹੋਇਆ, 5 ਸਾਲ ਜਾ ਰਹੇ ਆ, ਇਹ ਸਿੱਖੀ ਵੱਲ ਬੱਚਿਆਂ ਨੂੰ ਲੈ ਰਹੇ। ਹਰ ਸਾਲ ਦੇਖੀਦਾ 10-12 ਬੱਚੇ ਕੁਦਰਤੀ ਰੱਬ ਵੱਲੋਂ ਇੱਧਰ ਨੂੰ ਆ ਜਾਂਦੇ ਆ, ਬਾਕੀ ਉਹਨਾਂ ਨੂੰ ਦੇਖ ਕੇ ਸਕੂਲਾਂ ਦੇ ਵਿੱਚ ਵੀ ਬੱਚੇ ਜੂੜੇ ਕੇਸ ਰੱਖ ਲੈਂਦੇ ਆ। ਪਹਿਲਾਂ 5-6 ਇੱਥੋਂ ਹੋ ਕੇ ਚਲੇ ਜਾਂਦੇ ਆ, ਅਗਾਂਹ 5-6 ਗਾਂ ਉਹਨਾਂ ਦੇ ਫਰੈਂਡਾਂ ਤੋਂ 5-6 ਬਣ ਜਾਂਦੇ ਆ ਬੱਚੇ। ਇਹ ਬਹੁਤ ਹੀ ਉੱਦਮ ਆ, ਮੈਂ ਵਧਾਈ ਦੇ ਪਾਤਰ ਨੇ
ਜਿੰਨੇ ਵੀ ਇੱਥੇ ਹਡਸਫੀਲਡ ਦੀ ਕਮੇਟੀ ਦੇ ਮੈਂਬਰ ਨੇ ਇਹ ਬਹੁਤ ਵਧਾਈ ਦੇ ਪਾਤਰ ਨੇ। ਕੋਈ ਇਹ ਪਾਰਟੀ ਵਾਈਜ਼ ਤੋਂ ਉੱਚੇ ਉੱਠ ਕੇ ਕੰਮ ਕਰ ਰਹੇ ਆ, ਕੋਈ ਪ੍ਰਧਾਨਗੀ ਨਹੀਂ, ਕੋਈ ਕੁਛ ਨਹੀਂ, ਸਾਰਾ ਕੁਛ ਉੱਚਾ ਉੱਠ ਕੇ ਕਰ ਰਿਹਾ ਵੀ ਇਹਦੇ ਵਿੱਚ ਸਾਰਿਆਂ ਨੂੰ ਆ ਕੇ ਹੁੰਮ ਆ ਕੇ ਮੇਲਾ ਦੇਖਣਾ ਵੀ ਚਾਹੀਦਾ ਅਤੇ ਸਹਾਇਤਾ ਵੀ ਕਰਨੀ ਚਾਹੀਦੀ ਆ। ਮੈਂ ਇੰਨੇ ਲਫਜ਼ਾਂ ਦੇ ਕੋਈ ਗਲਤੀ ਹੋਵੇ ਤਾਂ ਮਾਫ਼ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਮੇਲੇ ਦੇ ਬਾਰੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਮਨਜੀਤ ਸਿੰਘ ਕਾਂਗਾ। ਦਾਸ ਨੇ ਇੱਕ ਸੋਚ ਲਿਆਂਦੀ ਸੀ ਕਿ ਇਸ ਟਾਊਨ ਦੇ ਵਿੱਚ ਕਿਸੇ ਸਿੱਖ ਵਰਲਡ ਵਾਰ ਸਿੱਖ ਦੀ ਮੈਮੋਰੀਅਲ ਦੀ ਯਾਦ ਬਣਾਈ ਜਾਵੇ। ਜੋ ਮੇਰੇ ਵੀਰਾਂ ਨੇ ਉਪਰਾਲਾ ਕੀਤਾ, ਮੇਰੇ ਨਾਲ ਸਾਂਝ ਪਾਈ, ਬਹੁਤ ਉੱਦਮਯੋਗ ਆ। ਮੈਂ ਬੇਨਤੀ ਕਰਦਾ ਸੰਗਤਾਂ ਨੂੰ, ਸਾਰੀਆਂ ਸੰਗਤਾਂ ਨੂੰ ਆਲ ਓਵਰ ਦਾ ਵਰਲਡ, ਸਾਡਾ ਵੱਧ ਤੋਂ ਵੱਧ ਸਾਥ ਦਿਓ। ਕਿਉਂਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਜਦੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖ਼ਤ ਸਾਜਿਆ, ਉਸ 'ਤੇ ਉਹਨਾਂ ਨੇ ਸੰਦੇਸ਼ਾ ਦਿੱਤਾ ਸਿੱਖਾਂ ਨੂੰ ਵੀ ਆਓ, ਜੇ ਤੁਸੀਂ ਆਪਣੀ ਰੱਖਿਆ ਕਰਨੀ ਜ਼ੁਲਮ ਦੇ ਅਗੇਂਸਟ, ਤੁਸੀਂ ਧਾਰਮਿਕ ਦੀਵਾਨ ਸਜਾਓ, ਧਾਰਮਿਕ ਵਿੱਦਿਆ, ਧਾਰਮਿਕ ਸ਼ਾਸਤਰ ਸਿੱਖੋ। ਸੋ ਇਹ ਅੱਜ ਦਾ ਮੇਲਾ ਜੋ ਗੁਰੂਆਂ ਦੀ ਸਾਡੀ ਪਰੰਪਰਾ ਰਾਹੀਂ ਜੋ ਉਸ ਵਕਤ ਉਹਨਾਂ ਨੇ ਜੋ ਅਖਾੜੇ ਲਾਏ, ਭਲਵਾਨਾਂ ਦੇ ਅਖਾੜੇ ਲਾਏ, ਰਾਗੀ ਢਾਡੀ ਬਲਵੰਤੇ ਢਾਡੇ ਵਰਗਿਆਂ ਦੀਆਂ ਉਹਨਾਂ ਨੇ ਬਾਰਾਂ ਸ਼ੁਰੂ ਕੀਤੀਆਂ, ਇਹ ਸਾਰੀਆਂ ਸਾਡੇ ਅੱਜ ਮੇਲੇ ਦੇ ਵਿੱਚ ਹੋਣਗੀਆਂ। ਮੈਂ ਬੇਨਤੀ ਕਰਦਾ ਸਿੱਖ ਸੰਗਤਾਂ ਨੂੰ, ਇੱਦਾਂ ਦੇ ਮੇਲੇ ਵੱਧ ਤੋਂ ਵੱਧ ਮੇਲਿਆਂ ਦਾ ਸਾਥ ਦਿਓ, ਔਰ ਆਪਣੇ ਟਾਊਨਾਂ 'ਚ ਵੀ ਮੇਲੇ ਕਰਾਓ ਜੋ ਸਿੱਖੀ ਦੀ ਪ੍ਰਫੁੱਲਤਾ ਹੋਵੇ ਅਤੇ ਅਸੀਂ ਆਪਣੇ ਗੁਰੂਆਂ ਦੇ ਪੂਰਿਆਂ 'ਤੇ ਚੱਲ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਿਲਕੁਲ ਸਹੀ ਕਿਹਾ ਕਿ ਜਿੱਦਾਂ ਸਾਡੇ ਗੁਰੂ ਸਾਹਿਬਾਂ ਨੇ ਵੀ ਗੁਰੂ ਅੰਗਦ ਦੇਵ ਜੀ ਨੇ ਜੋ ਹੈ ਮੱਲਾਂ ਦੇ ਅਖਾੜੇ ਜੋ ਲਵਾਉਣੇ ਸ਼ੁਰੂ ਕੀਤੇ ਸਨ, ਸੋ ਤਾਂ ਕਿ ਜੋ ਹੈ ਸਾਡੇ ਜੋ ਨੌਜਵਾਨਾਂ ਦੇ ਵਿੱਚ, ਸਾਡੇ ਜੋ ਜੋ ਯੂਥ ਦੇ ਵਿੱਚ ਜੋ ਹੈ ਉਸ ਜੋ ਹੈ ਸਪੋਰਟਸ ਦੀ ਜੋ ਭਾਵਨਾ ਅਤੇ ਜੋ ਹੈ ਉਹਨਾਂ ਦੇ ਵਿੱਚ ਜੋ ਹੈ ਭਰੀ ਜਾਵੇ, ਅਤੇ ਇਹ ਜੋ ਹੈ ਇਸੇ ਹੀ ਤਰ੍ਹਾਂ ਜੋ ਹੈ ਅੱਜ ਦੇ ਜੋ ਮੇਲਾ ਹੈ ਇਹ ਆਪਾਂ ਆਨੰਦ ਮਾਣਾਂਗੇ ਇਸੇ ਹੀ ਤਰ੍ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੁਡੇ ਇਜ਼ ਅ ਪ੍ਰੈਸਟੀਜੀਅਸ ਡੇ ਫੋਰ ਆਲ ਦ ਸਿੱਖ ਕਮਿਊਨਿਟੀ ਆਲ ਓਵਰ ਦ ਵਰਲਡ, ਬਿਕੋਜ਼ ਟੁਡੇ ਐਟ ਦ ਯੋਰਕਸ਼ਾਇਰ ਸਿੱਖ ਮੇਲਾ ਵੀ ਆਰ ਗੋਇੰਗ ਟੂ ਬੀ ਅਨਵੇਲਿੰਗ ਦ ਐਗਜ਼ੈਕਟ ਸਟੈਚੂ ਪੋਰਟਰੇਟ ਵਟ ਵੀ ਵੁੱਡ ਲਾਈਕ ਟੂ ਬੀ ਪਲੇਸਡ ਇਨ ਅ ਵੈਲ ਨੋਨ ਪਲੇਸ ਇਨ ਹਡਰਸਫੀਲਡ ਇਨ ਮੈਮਰੀ of all the Sikh soldiers who laid down their lives fighting with the British forces, loyal to the British forces in the world wars, and that's what we are here to do today. And with me today is Bob Mortimer, who is the county president of the British Legions, and with him kindly we have got some of the war heroes who have been in the battles and laid down and risked all their lives for fighting for the freedom of Britain. And I will ask Bob Mortimer to say a few words on behalf of all the army veterans and the British forces, and what he thinks of what the Sikh soldier would signify to the world. Bob Mortimer. I think in actual fact people do not recognize what the Sikhs did in the wars. 83,000 were killed fighting for us in the war, and in addition to that they are putting this monument in Greenett Park, which is absolutely fantastic because it tells people what happened, and people will come there and celebrate just like they do for all the other armed forces which do have the memorial in Greenett Park. But the main thing is people do not realize what the Sikhs did, and we support them, and I think everybody else in the communities and in the country of course should be supporting the Sikhs, and the more publicity we get out the better it becomes,
and the more people are aware of what they did fighting for us. And those who made the ultimate sacrifice and were killed, we must remember those as well. And that is why this memorial is going up in Greenock Park. Thank you, Bob. In terms of the recognition, and obviously you have highlighted the 83,000 plus deaths of the Sikh soldiers and over 100,000 were wounded in the wars. And we will obviously seek your support, not only locally but nationally, and I hope you will spread that word to all your colleagues all over the country to support this venture, which is all about integrating and the world to know that we are part of Britain, yes, and we have been loyal to Britain and will always continue to be like that. And I would like you to say a few words. Would you support that venture and would you spread the word to all the nation? Definitely support that venture, and in addition to that I will make another comment, and the fact is the Sikhs do contribute to the Royal British Legion and to other charities to support people who are desperate. They haven't got jobs, they've got injuries, they're desperate for money and finance and things, and the British Legion at the moment is spending 1.7 million a week on ex-service, which includes the Sikhs and dependents. And in addition to that, the Sikhs are also collecting for these charities. I think the Royal British Legion is one of the charities which they donate to, and when it comes to the poppy appeal, they also collect with the boxers in the businesses and all the rest of it, even the taxes and things like that, and they contribute to everybody, and we should be contributing to the Sikhs as well, which I hope we are doing, because that's how it should move forward. And this is a movement of the pathway to the future to help the Sikhs and everybody else. On behalf of the Sikh Channel and the Yorkshire Sikh Mela Sevadars and the Yorkshire Sikh Memorial Committee, it's a great pleasure speaking to yourself, Bob Mortimer, and we have great pleasure and are very humble to have seen you here and participated in this event, and we hope to continue that relationship for years to come. Thank you very much. Thank you. तबे चलायो पंख आज्ञा पे अकाल की तबे चलायो पंख सब सिखन को हुक्म है सब सिखन को हुक्म है राज करेगा काल
ਤੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਸਭ ਸਿੱਖਣ ਕੋ ਹੁਕਮ ਹੈ ਛੱਡਣੀ ਖਾਲਸੇ ਦਾ ਜੋਸ਼ ਅੱਜ ਆ ਕੇ ਵੇਖ ਬਾਜਾ
ਸੱਭਿਆਚਾਰਕ ਗੀਤ ਗਾਣੇ ਅੱਜ ਗੁਰੂ ਮਹਾਰਾਜ ਬਖਸ਼ਿਸ਼ ਕਰੇ ਸੋ ਸ਼ੁਰੂਆਤ ਉਸ ਪਰਵਤਗਾਰ ਦੇ ਨਾਂ ਤੇ ਭੁੱਲਿਆਂ ਨੂੰ ਰਸਤਾ ਹੈ ਵਿਖਾਉਂਦਾ ਜੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ
ਸਿੱਖੀ ਸੋਚ ਹੈ ਮੇਰੇ ਸਤਿਗੁਰਾਂ ਦੀ ਕਈ ਸਦੀਆਂ ਵਿੱਚ ਪ੍ਰਵਾਨ ਹੋਈ ਸੱਚੇ ਸੌਦੇ ਤੋਂ ਬਚਪਨ ਸ਼ੁਰੂ ਹੁਆ ਕਵੀਆਂ ਤੇ ਗਾਂ ਦੇ ਵਿੱਚ ਜਵਾਨ ਹੋਈ ਕੀਤਾ ਸਿਰਾਂ ਦਾ ਫਿਰ ਬਿਮਾਰ ਵੱਡਾ ਦਿੱਲੀ ਚਾਂਦਨੀ ਚੌਂਕ ਹੈਰਾਨ ਹੋਈ ਆਨ ਸ਼ਾਨ ਤੇ ਦੁਨੀਆ ਤੋਂ ਦਿੱਖ ਵੱਖਰੀ ਆਪਾਂ ਵਾਰ ਕੇ ਸਿੱਖੀ ਮਹਾਨ ਹੋਈ ਆਪਾਂ ਵਾਰ ਕੇ ਸਿੱਖੀ ਮਹਾਨ ਹੋਈ ਦੁਖੀਆਂ ਦੇ ਦੁੱਖ ਵਡਾਉਂਦਾ ਭੁੱਖਿਆਂ ਦੀ ਭੁੱਖ ਮਿਟਾਉਂਦਾ ਨੂੰ ਕਰਨਾ ਪਿਆਰ ਸਿਖਾਉਂਦਾ ਜੀ ਗੁਰੂ ਗ੍ਰੰਥ ਸਾਹਿਬ ਜੀ ਭੁੱਲਿਆਂ ਨੂੰ ਰਸਤਾ ਏ ਵਿਖਾਉਂਦਾ ਜੀ ਗੁਰੂ ਗ੍ਰੰਥ ਸਾਹਿਬ ਜੀ ਭੁੱਲਿਆਂ ਨੂੰ ਰਸਤਾ ਏ ਵਿਖਾਉਂਦਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੁਖੀਆਂ ਦੇ ਦੁੱਖ ਮਿਟਾਉਂਦਾ ਭੁੱਖਿਆਂ ਦੀ ਭੁੱਖ ਮਿਟਾਉਂਦਾ ਦੁਖੀਆਂ ਦੇ ਦੁੱਖ ਮਿਟਾਉਂਦਾ ਭੁੱਖਿਆਂ ਦੀ ਭੁੱਖ ਮਿਟਾਉਂਦਾ We'll be right back.
ਬਹੁਤ ਮਿਹਰਬਾਨੀ, ਸ਼ੁਕਰੀਆ ਸਿੱਖ ਚੈਨਲ ਦਾ, ਸਾਰੇ ਧੰਨਵਾਦੀਆਂ ਸਾਰਿਆਂ ਦਾ। ਸੋ ਤੇਰੇ 20 ਰੁਪਈਆਂ ਦਾ ਲੰਗਰ ਅੱਜ ਵੀ ਚੱਲਦਾ ਇਹ ਦਾਤਾ। ਸੋ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ, ਲੰਗਰ ਕਿਤੇ ਵੀ ਦੁਨੀਆਂ ਦੇ ਵਿੱਚ ਕੋਈ ਵੀ ਜਾਤ ਦਾ ਹੋਵੇ, ਊਚ ਨੀਚ ਦਾ ਕੋਈ ਵੀ, ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਇਸ ਦਾ ਲੰਗਰ ਛਕ ਸਕਦਾ। ਸੋ ਤੁਹਾਡੀ ਨਜ਼ਰ ਕਰ ਰਿਹਾ, ਇੱਕ ਵਾਰੀ ਫਿਰ ਸਵਾਗਤ ਦੇਣਾ, ਬਹੁਤ ਧੰਨਵਾਦੀ ਆ। ਸੇਵਿੰਗ ਹਿਊਮਨ ਦੀ ਗੱਲ ਏਕਤਾ ਦੀ ਆਵੇ, ਇਕੱਠੇ ਹੋ ਕੇ ਆਪਾਂ ਗੁਰੂ ਦੇ ਪ੍ਰੇਰਨਾ ਤੇ ਚੱਲ ਸਕੀਏ। ਸੋ ਬਾਬੂ ਸੂਰਤ ਸਿੰਘ ਜੀ ਜ਼ਰੂਰ ਸਪੋਰਟ ਕਰੋ, ਤੁਸੀਂ ਸਾਰੇ ਟੀਵੀ ਤੇ ਦੇਖਦੇ ਆ, ਸੰਗਤ ਟੀਵੀ ਤੇ, ਸਿੱਖ ਚੈਨਲ ਤੇ, ਅਕਾਲ ਟੀਵੀ ਤੇ। ਸੋ ਏਕਤਾ ਹੋ ਕੇ ਆਪਾਂ ਰਲ ਮਿਲ ਕੇ ਅੱਗੇ ਵਧੀਏ, ਗੁਰੂ ਮਹਾਰਾਜ ਬਖਸ਼ਿਸ਼ ਕਰੇ। ਕਿਉਂਕਿ ਪੰਜਾਬ ਦੇ ਹਾਲਾਤ ਕੁਛ ਐਡੇ ਵਧੀਆ ਨਹੀਂ, ਆਪਾਂ ਜੋ ਮਰਜ਼ੀ ਕਹੀਏ। ਉਹਨਾਂ ਤੇ ਇੱਕ ਗੀਤ ਤੁਹਾਡੇ ਨਜ਼ਰ ਕਰ ਰਿਹਾ, ਵੀ ਨਸ਼ਿਆਂ ਨੂੰ ਨੱਥ ਪਾ ਲਓ ਹਾਕਮਾਂ ਨੇ, ਤੇ ਲੱਭਣੇ ਨਹੀਂ ਸੂਰ ਪੇ ਪੰਜਾਬ ਦੇ। ਕਿਉਂਕਿ ਆਪਾਂ ਸਾਰੇ ਪੰਜਾਬ ਜਾਂਦੇ ਹਾਂ, ਤੇ ਆਪਾਂ ਜੇ ਕਹੀਏ ਵੀ ਬਹੁਤ ਵਧੀਆ ਹਾਲਾਤ ਹੈ ਉੱਥੇ, ਕੋਈ ਨਹੀਂ ਗੱਲ। ਸੋ ਇਸ ਚੀਜ਼ ਨੂੰ ਇਕੱਠੇ ਹੋ ਕੇ ਗੁਰੂ ਮਹਾਰਾਜ ਬਖਸ਼ਿਸ਼ ਕਰੇ, ਪੰਜਾਬ ਰੰਗ ਲਾਇਆ ਕਰੀ, ਫਿਰ ਉਹ ਮਾਹੌਲ ਬਣ ਜਾਵੇ। ਨਸ਼ਿਆਂ ਦੇ ਵਿੱਚ ਪੈ ਗਏ ਗੱਭਰੂ, ਜਦ ਸੁਣਿਆ ਚੱਲ ਨਾ ਹੋਇਆ, ਮਰ ਜਾ ਸ਼ਾਲਾ ਉਮਰ ਨਾ ਪੋਗੇ, ਜਿਨੇ ਬੀਜ ਨਸ਼ੇ ਦਾ ਬੋਇਆ। ਲੱਗ ਗਈ ਨਜ਼ਰ ਪੰਜਾਬ ਮੇਰੇ ਨੂੰ, ਦੁੱਖ ਜਾਂਦਾ ਨਹੀਂ ਕੋਇਆ, ਲਾਲੀ ਅਠੌਲੀ ਵਾਲਾ ਸੁਣ ਕੇ ਹਾਈ ਵਿੱਚ ਪਰਦੇ ਸਾਰੋਇਆ, ਹਾਈ ਵਿੱਚ ਪਰਦੇ ਸਾਰੋਇਆ। ਨਸ਼ਿਆਂ ਨੂੰ ਨੱਥ ਪਾ ਲਓ ਹਾਕਮੋ, ਨਹੀਂ ਤੇ ਲੱਭਣੇ ਨੀ ਸੂਰ ਨੇ ਪੰਜਾਬ ਚੋਂ। ਉਹ ਨਸ਼ਿਆਂ ਨੂੰ ਨੱਥ ਪਾ ਲਓ ਹਾਕਮੋ, ਨਹੀਂ ਤੇ ਲੱਭਣੇ ਨੀ ਸੂਰ ਨੇ ਪੰਜਾਬ ਚੋਂ।
ਬਹੁਤ ਬਹੁਤ ਮਿਹਰਬਾਨੀ। ਖਾਸ ਕਰਕੇ ਜੋ ਮੇਰੇ ਵੀਰ ਗਤਕਾ ਗਤਕਾ ਦੇ ਜੋੜ ਦਿਖਾ ਰਹੇ ਇਹਨਾਂ ਦੇ ਮਤਲਬ ਦਾ ਗੀਤ ਜਿਹੜਾ ਜੋਸ਼ੀਲਾ ਤੇ ਬੋਲੇ ਸੋਹਣੇ ਹਾਲ ਦੇ ਜੈਕਾਰੇ ਛੱਡਦੇ। We'll be right back.
ਵਾਹਿਗੁਰੂ ਖਾਲਸਾ ਜੀ। ਸੋ ਅਗਲਾ ਜੀ ਤੁਹਾਡੇ ਨਾਮ ਚੜ੍ਹਦੀ ਕਲਾ ਵਿੱਚ ਨਿੰਦੇ ਹਨ ਕੀ ਪੁੱਤ ਸਰਦਾਰ ਦੇ ਜਲਵਾ ਦੇ ਦਿਖਾ ਦਿਓ ਹੋਇਆ। ਹਾਂਜੀ We'll be right back.
ਕਰਦੇ ਜੰਗ ਦੇ ਕੈਬ ਨਿਸ਼ਾਨੀ ਮਾਰ ਕੇ ਚੱਲਦੇ ਸਿੰਘ ਜਵਾਨੀ ਕਰਦੇ ਜੰਗ ਦੇ ਕੈਬ